ਪੁਲਿਸ ਦੀ ਟੇਲਿਆ ਉਹ ਕਹਿੰਦਾ ਜੀ ਜਿਹੜਾ ਪੈਸੇ ਦੇ ਦਿੰਦਾ ਉਹ ਬਚਣ ਦਾ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਖਾਣ ਵਾਲੇ ਨੂੰ ਫੜ ਕੇ ਅੰਦਰ ਦਿੰਦੇ ਨੇ ਵੇਚਣ ਵਾਲਾ ਬਚਣ ਦਾ ਮੈਂ SSP ਦੇ ਨੋਟਿਸ ਪਹਿਲਾਂ ਵੀ ਲਿਆਂਦਾ ਸੀ ਔਰ ਮੈਂ ਅੱਜ ਵੀ SSP ਨੂੰ ਤੁਹਾਡੇ ਤੋਂ ਪਹਿਲਾਂ ਹੀ ਇੱਕ ਵਟਸਐਪ ਕਰਕੇ ਹਟਿਆ ਦੋ ASI ਆ ਇੱਕ ਦਾ ਨਾਂ ਕੁਲਦੀਪ ਸਿੰਘ ਆ ਦੂਜਾ ਭੁਪਿੰਦਰ ਸਿੰਘ ਇਹਨਾਂ ਦੇ ਉੱਤੇ ਸਿੱਧੇ ਸਿੱਧੇ ਉਹਨੇ ਆਰੋਪ ਲਾਏ ਆ ਔਰ ਮੈਂ ਕਹਿੰਦਾ ਅੱਜ ਵੀ ਐਜ਼ MLA ਮੈਨੂੰ ਸ਼ਰਮ ਆ ਰਹੀ ਆ ਕਿ ਮੇਰੇ ਹਲਕੇ 'ਚ ਡਰੱਗ ਵਿਕੇ SSP ਨੂੰ ਕਹਿਣ ਦੇ ਬਾਅਦ ਵੀ ਕੋਈ ਐਕਸ਼ਨ ਨਾ ਹੋਵੇ ਇਦੋਂ ਮਾੜਾ ਕੰਮ ਨਹੀਂ ਹੋ ਸਕਦਾ ਸਾਡੀ ਸਰਕਾਰ ਵਚਨਬੱਧ ਆ ਕਿ ਅਸੀਂ ਨਸ਼ਾ ਮੁਕਤ ਕਰਨਾ ਲੇਕਿਨ ਸਰਕਾਰ ਇਕੱਲੀ ਕੀ ਕਰੂ ਜਦ ਤੱਕ ਪੁਲਿਸ ਸਾਥ ਨਹੀਂ ਦਿੰਦੀ। ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਆਖਿਰ ਕਾਂਗਰਸ ਦੇ ਰਾਜ ਕਿਉਂ ਵੱਧ ਰਿਹਾ ਹੈ ਨਸ਼ੇ ਦਾ ਕਾਰੋਬਾਰ ਖੁਲਾਸਾ ਕੀਤਾ ਕਾਂਗਰਸ ਸਰਕਾਰ ਦੇ ਹਲਕਾ ਕਪੂਰਥਲਾ ਤੋਂ MLA ਰਾਣਾ ਗੁਰਜੀਤ ਸਿੰਘ ਨੇ ਰਾਣਾ ਗੁਰਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਤੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਨਸ਼ੇ ਨੂੰ ਬੜਾਵਾ ਦੇ ਰਹੇ ਨੇ 2017 ਚ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਿਰਫ 9 ਮਹੀਨਿਆਂ ਚ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਪਰੰਤੂ ਅੱਜ 4 ਸਾਲ ਬੀਤਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਚ ਅਸਫਲ ਜਾਪ ਰਹੀ ਹੈ ਚੋਣਾਂ ਨਜ਼ਦੀਕ ਨੇ 2022 'ਚ ਮੁੜ ਵੋਟਾਂ ਮੰਗਣ ਦੀ ਤਿਆਰੀ ਹੈ ਪਰ ਪੰਜਾਬ ਦੇ MLAs ਨੂੰ ਮਨ ਹੀ ਮਨ ਡਰ ਸਤਾ ਰਿਹਾ ਹੈ ਕਿ ਉਹ ਕਿਸ ਮੂੰਹ ਨਾਲ ਵੋਟਾਂ ਮੰਗਣਗੇ ਕਿਉਂਕਿ ਉਹਨਾਂ ਦੀ ਸਰਕਾਰ 4 ਸਾਲਾਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਚ ਅਸਫਲ ਰਹੀ ਹੈ ਆਖਿਰ ਹੁਣ ਠੀਕਰਾ ਪੰਜਾਬ ਪੁਲਿਸ ਦੇ ਸਿਰ ਭੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਪੈਸੇ ਲੈ ਕੇ ਨਸ਼ਾ ਵਿਕਾਉਂਦੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਕੈਪਟਨ ਸਾਹਿਬ ਦੇ ਕਾਂਗਰਸੀ MLA ਰਾਣਾ ਗੁਰਜੀਤ ਸਿੰਘ ਦਾ ਕੀ ਕਹਿਣਾ ਹੈ ਪਿਛਲੇ ਬਹੁਤ ਲੰਬੇ ਸਮੇਂ ਤੋਂ ਕਪੂਰਥਲਾ ਤੋਂ ਜਿੱਤਦੇ ਆ ਰਹੇ ਹਾਂ ਲੋਕਾਂ ਦਾ ਬਹੁਤ ਇੱਕ ਤੁਸੀਂ ਵਿਸ਼ਵਾਸ ਬਣਾਇਆ ਹੋਇਆ ਤੇ ਜਿੱਦਾਂ ਪਿੱਛੇ MC ਦੀ ਇਲੈਕਸ਼ਨ ਵੀ ਹੋਈ ਆ ਤੁਹਾਡੇ ਸਾਰੇ ਮੈਂਬਰ ਆਪਣੇ ਜਿੱਤੇ ਆ ਹੁਣ ਦੇਖਿਆ ਇਹ ਆ ਕਿ ਕਪੂਰਥਲੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਵਾ ਕਿ ਇਹਦੇ ਵਿੱਚ ਪੁਲਿਸ ਵੀ ਕੋਈ ਕੁਛ ਨਹੀਂ ਕਰ ਰਹੀ ਇਹ ਮੈਂ ਸਮਝਦਾ ਪੁਲਿਸ ਦੀ ਢਿੱਲ ਆ ਔਰ ਇਹ ਗੱਲ ਲੋਕ ਧਤੜੀਆਂ ਮਾਰ ਮਾਰ ਰੋ ਰਿਹਾ ਕਿ ਵੀ ਇਹ ਕੰਮ ਕਰੋ ਔਰ ਮੈਂ SSP ਦੀ ਨੋਟਿਸ ਵੀ ਲਿਆਂਦਾ ਪਰ ਅੱਜ ਮੇਰੇ ਕੋਲ ਬੰਦੇ ਆਏ ਸੀਗੇ ਕਹਿੰਦੇ ਵੀ ਮੇਰਾ ਮੁੰਡਾ ਤਾਂ ਨਸ਼ਾ ਖਾਂਦਾ ਆ ਉੱਤੇ ਪਰਚਾ ਹੋ ਗਿਆ ਮੈਂ ਕਿਹਾ ਵੀ ਮੈਂ ਤੇਰੀ ਸਿਫਾਰਿਸ਼ ਨਹੀਂ ਕਰਨੀ ਉਹ ਕਹਿੰਦਾ ਜੀ ਜਿਹੜਾ ਪੈਸੇ ਦੇ ਦਿੰਦਾ ਉਹ ਬਚਣ ਦਾ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਖਾਣ ਵਾਲੇ ਨੂੰ ਫੜ ਕੇ ਅੰਦਰ ਦਿੰਦੇ ਨੇ ਵੇਚਣ ਵਾਲਾ ਬਚ ਜਾਂਦਾ ਮੈਂ SSP ਦੇ ਨੋਟਿਸ ਪਹਿਲਾਂ ਵੀ ਲਿਆਂਦਾ ਸੀ ਔਰ ਮੈਂ ਅੱਜ ਵੀ SSP ਨੂੰ ਤੁਹਾਡੇ ਤੋਂ ਪਹਿਲਾਂ ਹੀ ਇੱਕ ਵਟਸਐਪ ਕਰਕੇ ਹਟਿਆ ਦੋ ASI ਆ ਇੱਕ ਦਾ ਨਾਂ ਕੁਲਦੀਪ ਸਿੰਘ ਆ ਦੂਜਾ ਭੁਪਿੰਦਰ ਸਿੰਘ ਇਹਨਾਂ ਦੇ ਉੱਤੇ ਸਿੱਧੇ ਸਿੱਧੇ ਉਹਨੇ ਆਰੋਪ ਲਾਏ ਆ ਔਰ ਮੈਂ ਕਹਿੰਦਾ ਕਿ ਵੀ ਐਜ਼ MLA ਮੈਨੂੰ ਸ਼ਰਮ ਆ ਰਹੀ ਆ ਕਿ ਮੇਰੇ ਹਲਕੇ 'ਚ ਡਰੱਗ ਵਿਕੇ SSP ਨੂੰ ਕਹਿਣ ਦੇ ਬਾਅਦ ਵੀ ਕੋਈ ਐਕਸ਼ਨ ਨਾ ਹੋਵੇ ਇਦੋਂ ਮਾੜਾ ਕੰਮ ਨਹੀਂ ਹੋ ਸਕਦਾ ਔਰ ਸਾਡੀ ਸਰਕਾਰ ਵਚਨਬੱਧ ਆ ਕਿ ਅਸੀਂ ਨਸ਼ਾ ਮੁਕਤ ਕਰਨਾ ਲੇਕਿਨ ਸਰਕਾਰ ਇਕੱਲੀ ਕੀ ਕਰੂ ਜਦ ਤੱਕ ਪੁਲਿਸ ਸਾਥ ਨਹੀਂ ਦਿੰਦੀ ਰਾਣਾ ਸਾਹਿਬ ਇਹ ਵੀ ਗੱਲ ਸੁਣ 'ਚ ਆਈ ਹੈ ਵੀ ਜਦੋਂ ਕਿਸੇ ਦਾ ਚਲਾਨ ਹੁੰਦਾ ਤਾਂ ਜਦੋਂ ਮਾੜੇ ਮੋਟੇ ਲਿੰਕ ਹੁੰਦੇ ਆ ਤਾਂ ਉਹ ਤੁਹਾਡਾ ਟੈਲੀਫੋਨ ਨੰਬਰ ਦੇ ਦਿੰਦੇ ਜਾਂ PA ਦਾ ਦੇ ਦਿੰਦੇ ਕਿਉਂ ਆਪਦੇ ਉਹ ਕਾਗਜ਼ ਪੂਰੇ ਕਿਉਂ ਨਹੀਂ ਕਰਦੇ ਕਾਗਜ਼ ਪੂਰੇ ਕਰਨੇ ਚਾਹੀਦੇ ਆ ਕਿਉਂਕਿ ਦੇਖੋ ਅਸੀਂ ਪਬਲਿਕ ਦੇ ਨੁਮਾਇੰਦੇ ਹਾਂ ਡਰੱਗ ਲਈ ਅਗਰ ਫੋਨ ਕਰੀਏ ਤਾਂ ਸਾਡਾ ਕਸੂਰ ਹੈ ਡਰੱਗ ਔਰ ਇੱਕ ਆਮ ਬੰਦਾ ਜਿਹੜਾ ਜੇ ਪੁਲਿਸ ਨੇ ਫੜ ਲਿਆ ਇਹ ਆਮ ਰਵਾਇਤ ਹੈ ਕਿ ਪੋਲੀਟੀਕਲ ਬੰਦੇ ਤੋਂ ਫੋਨ ਕਰਾਉਂਦੇ ਆ ਅਤੇ ਸਾਰਿਆਂ ਨੂੰ ਕਾਗਜ਼ ਵੀ ਪੂਰੇ ਰੱਖਣੇ ਚਾਹੀਦੇ ਆ ਔਰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਸਰ ਜਿਹੜਾ ਕਿ ਜਿੱਦਾਂ ਕਿ ਭੁਲਾਥਰ ਹਲਕੇ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਵਾ ਉੱਧਰ ਕੋਈ ਕੰਟਰੋਲ ਨਹੀਂ ਹੈਗਾ SS ਪਿੱਛੇ ਜੇ ਅਮਨਦੀਪ ਕੌਰ ਪਿੱਛੇ ਜੇ ਕੋਈ ਕਾਂਡ ਵੀ ਉੱਥੇ ਸਸਪੈਂਡ ਵੀ ਰਹੇ ਆ
देखो कई दफ़ा पुलिस वालों को सस्पेंड अजकल लोग भी वकील ही हो गए समझ लो ट्रैप च भी लेंदे अफसर लेकिन कुछ अफसर जिन्हों का ट्रैक रिकॉर्ड माड़ा होना बंद नहीं लाना चाहिए एक सब इंस्पैक्टर आ मैं उन्होंने नौ नहीं लेना चंगे नहीं लगे जिदा तो एस एस पी की मैं नज़र च भी लिया मैं क्या ये बंदा सुभानपुर तो चौकी इंचार्ज इसलिए बदलवाया सी मैं कि यदा जरा प्राइवेट ड्राइवर रखा सी वो ड्राइवर कलैक्शन करता हूँ सी पैसे की तो फिर भी हाले कुछ नहीं हो रहा बट चलो ये होंगे कई दफा एस एस पी की भी मजबूरी हो सकती है जिदा कि पंजाब सरकार ने जोड़े कि 9 बजे तो लैके 12 बजे तक बाजार बंद किया और जो शराब के ठेके आ वह तकरीबन 6-7 बजे तक खुले रहेंगे कल असी डी सी मैडम को फोन भी किया उन्होंने ये भी किया गया कि तुम मैं जो मैं उन्होंने गलबात की उन्होंने कहना कि लिस्ट के लिखा मैं मैडम उन्होंने शराब का कुछ नहीं लिखा तो वह गल गोल मोल जी करके ये कोई प्रशासन की मिली भगत अरे नहीं नहीं प्रशासन इदा नहीं चलता हूँ साढ़े मुख्यमंत्री जड़े ने वचनबद्ध ने कि करोना न लड़ाई करनी है असी और करोना के दरम्यान तुम वेख्या होना कि पंजाब सरकार ने जिस किस्म हैंडल किया मैं नहीं कहता कि करोना पंजाब है नहीं बहुत जोर है सानू सारे एहतियात करनी चाहिए आ सानू मास्क लाना चाहिए सोशल डिस्टेंसिंग होनी चाहिए आ इन सारिया चीज़ों का ध्यान रखना चाहिए और बावजूद करोना है साढ़े सेहत मंत्री की गल कर लो मुख्यमंत्री साहब की गल कर लो ये वचनबद्ध ने और प्रशासन भी अपना काम कर रहा पुलिस ने पिछली बार करोना च बहुत काम किया नहीं लगता कि ठेके के रेवेन्यू ज़्यादा होने करके ठेके का समा ज़्यादा तो किया गया यार ठेके देखो हुण इहदे बारे मैं टिप्पणी नहीं कर सकता लेकिन जो कानून बाकियों लिए ठेकों लिए भी आ और इंप्लीमेंट हो रहा कि 19-21 ढिल भी रह जाती होगी मैनू नहीं पता।